ਦਰਬਾਰਾ ਸਿੰਘ ਗੁਰੂ ਨੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਖੇਤਰ ਸਾਹਨੇਵਾਲ 'ਚ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ ਦੇ ਵਿੱਚ ਵੋਟ ਦੀ ਅਪੀਲ ਵੀ ਉਹਨਾਂ ਵੱਲੋਂ ਕੀਤੀ ਗਈ। ਹਲਕਾ ਇੰਚਾਰਜ ਸਰਨਜੀਤ ਸਿੰਘ ਵੱਲੋਂ ਅਗਵਾਈ 'ਚ ਪ੍ਰਚਾਰ ਕੀਤਾ ਗਿਆ, ਜਿਸ 'ਚ ਸੈਂਕੜਿਆਂ ਦੀ ਤਾਦਾਦ 'ਚ ਅਕਾਲੀ ਦਲ ਦੇ ਵਰਕਰਾਂ ਨੇ ਭਾਗ ਲਿਆ ਅਤੇ ਦਰਬਾਰਾ ਗੁਰੂ ਦੀ ਜਿੱਤ ਲਈ ਕਾਫ਼ੀ ਉਤਸ਼ਾਹਿਤ ਦਿਖੇ। ਇਸ ਕਰਕੇ ਲੋਕ ਹੁਣ ਜਦੋਂ ਮੁਕਾਬਲਾ ਕਰਦੇ ਆ, ਯਾਦ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗਠਜੋੜ ਦੀ ਸਰਕਾਰ ਨੂੰ, ਇਸ ਕਰਕੇ ਦੋਸ਼ ਹੈ ਇਹਨਾਂ ਦੇ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਮਿਲ ਰਿਹਾ, ਕਿਉਂਕਿ ਲੋਕ ਕਾਂਗਰਸ ਦੇ ਦੁਖੀ ਕੀਤੇ ਪਏ ਨੇ। ਜਿਹੜੀਆਂ ਗਰੀਬਾਂ ਦੀਆਂ ਸਕੀਮਾਂ ਸੀ ਉਹ ਸਾਰੀਆਂ ਬੰਦ ਕਰਤੀਆਂ। ਆਟੇ ਦਾਲ ਦੀ ਸਕੀਮ ਬਾਦਸ਼ਾਹ ਨੇ ਬੜੀ ਵਧੀਆ ਦਿੱਤੀ ਸੀ, ਉਹ ਪਹਿਲਾਂ ਤਾਂ ਇੱਕ ਸਾਲ ਦੀ ਕਣਕ ਹੀ ਦਿੱਤੀ, ਹੁਣ ਜਿਹੜੀ ਕਣਕ ਦੇ ਉਹਨਾਂ ਛੋਟੇ ਬੰਦੇ ਇਹਨਾਂ ਦਾ ਲਾਲੇ ਲਾਇਆ ਸੀ ਖੰਡ ਕਿ ਉਹ ਚਾਹ ਪੱਤੀ ਦੇ, ਉਹ ਤਾਂ ਮਿਲਣਾ ਕਿਸੀ ਪਾਣੀ ਸਕੀਮਾਂ ਸਾਰੀਆਂ ਰੱਦ ਕਰਤੀਆਂ, ਕਿਸੇ ਨੂੰ ਕੋਈ ਸ਼ਰਮ ਸਕੀਮ ਨਹੀਂ ਮਿਲ ਰਿਹਾ। ਆਹ ਪੀੜ੍ਹੀ ਦੇ ਬਿੱਲਾਂ ਲੋਕ ਸਤਾਏ ਪਏ ਨੇ। ਜੇ ਮੰਡੀਆਂ ਦੀ ਗੱਲ ਕਰੀਏ, ਟਰੱਕ ਜਿਹੀਆਂ ਬੰਦ ਕਰਕੇ, ਟੈਂਪੂ ਜਿਹੀਆਂ ਬੰਦ ਕਰਕੇ ਅੱਜ ਮੰਡੀਆਂ ਦੇ ਵਿੱਚੋਂ ਕਣਕ ਚੱਕੀ ਨਹੀਂ ਜਾ ਰਹੀ। ਇਹੋ ਨਹੀਂ ਚੱਕੀ ਜਾ ਰਹੀ, ਜਿਹੜੇ ਟੈਂਡਰ ਦਿੱਤੇ ਨੇ ਟਰੱਕ ਯੂਨੀਅਨ ਨੂੰ, ਟਰੱਕਾਂ ਵਾਲਿਆਂ ਨੂੰ, ਉਹਨਾਂ ਨੂੰ ਇੰਨੇ ਘੱਟ ਰੇਟ ਦਿੱਤੇ ਨੇ, ਉਹਨਾਂ ਦਾ ਤੇਲ ਵੀ ਪੂਰਾ ਨਹੀਂ ਹੁੰਦਾ ਉਹਨਾਂ ਪੈਸਿਆਂ ਦੇ ਨਾਲ। ਇਸ ਮੌਕੇ ਬਹੁਤ ਜ਼ਿਆਦਾ ਮਾੜੀ ਹਾਲਤ ਆ ਕਾਂਗਰਸ ਦੀ, ਇਸੇ ਕਰਕੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਪਿੰਡਾਂ ਜਾਣ ਤੋਂ ਡਰਦੇ ਨੇ।